ਹਾਂਜੀ ਯਾਰੋ, ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਪਹਿਲਾਂ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਆ। ਆਪਾਂ 1844 ਮੱਕੀ ਬੀਜੀ ਵੀ ਹੈਗੀ ਅਤੇ ਅੱਜ ਸਪਰੇਅ ਕਰਦੇ ਸੀ, ਕੀੜੇ ਵਾਲੀ ਸਪਰੇਅ ਕਰਦੇ ਸੀ। ਆਪਾਂ ਟਰੈਕਟਰ ਨਾਲ ਕਰਦੇ ਹਾਂ ਜੀ, ਦੋ ਗੰਨਾਂ ਲਾਈਆਂ ਟਰੈਕਟਰ ਦੇ, ਉਹ ਪਾਸੇ ਨੂੰ ਸਕੰਜਾ ਖੋਲ੍ਹਿਆ ਨਾ, 6 ਲੀਟਰ ਵਾਲਾ ਟੈਂਕੀ ਆਪਣੇ। ਅਤੇ ਪਹਿਲਾਂ ਆਪਾਂ ਕਿੱਲਾ ਉੱਧਰ ਛਿੜਕਿਆ, 2 ਕਿੱਲੇ ਆਹ ਗੇੜੇ ਨੇ ਛਿੜਕ ਜਾਣਗੇ, ਇੱਧਰ 3 ਕਿੱਲੇ ਛਿੜਕਦੇ। ਹੁਣ ਪਾਣੀ ਦੇਖ ਲਾਂਗੇ ਬਾਕੀ ਕਿੰਨਾ ਪੈਂਦਾ ਗਾ। ਇਹ ਆਪਣੇ ਜੀ 3 ਲੋਏ 'ਚ ਟਰੈਕਟਰ ਜਾਂਦਾ ਗਾ, ਟਾਇਰ ਛੋਟੇ ਪਾਏ ਸੀ, ਭੋਰਾ ਮੈਂ ਨਹੀਂ ਕਰਦਾ, ਬਸ ਮੋੜਨ ਵੇਲੇ ਮਾੜੀ ਜਿਹੀ ਦਿੱਕਤ ਜੀ ਆਉਂਦੀ ਹੈ। ਬਹੁਤ ਵਧੀਆ ਸਪਰੇਅ ਹੁੰਦੀ ਆ, ਗਿੱਲ ਦੇਖੋ ਤੁਸੀਂ। ਇਹ ਆਪਣੇ 12 ਬੈੱਡ ਲੈ ਜਾਂਦਾ ਹੁੰਦਾ ਗਾ, 12 ਬੈੱਡ ਕਵਰ ਕਰ ਲੈਂਦਾ ਗਾ। ਊਂ ਤਾਂ ਵੱਧ ਵਗ ਜਾਂਦੀ ਆ, ਉਹ ਫਿਰ ਗੈਂਦੇ ਨੇ ਧੂੜ ਜੀ ਜਿਹੜੀ ਜਾਂਦੀ ਆ, ਜਿਹੜੀ ਸੜਕਾ ਹੋ ਗਈ ਉਹੀ ਕਹਿੰਦੇ ਹੁੰਦੇ ਆਪਾਂ। ਆਪਾਂ 3.5 ਕਿੱਲੇ ਦਵਾਈ ਪਾਈ ਸੀ ਵਿੱਚ, ਬਸ 3.5 ਕਿੱਲੇ ਲਗਭਗ ਸੜਕ 'ਤੇ ਹੋਣਗੇ, ਬਸ ਇੱਧਰ ਆ ਕੇ ਪਾਣੀ ਖਤਮ ਹੋ ਜੂਗਾ ਦੇਖਿਆ ਸੀਗਾ। ਫਿਰ ਸਪਰੇਅ ਦਾ ਕਰਕੇ ਫਿਰ ਪਾਣੀ ਲਾ ਜਾਣੀ ਸੀਗਾ, ਹੁਣ ਬਸ ਕੱਲ੍ਹ ਤੋਂ ਪਾਣੀ ਛੱਡਾਂਗੇ। ਇਹ ਆਪਣੀ 24 ਤਰੀਕ ਨੂੰ ਬੀਜੀ ਸੀ ਮੱਕੀ, ਅੱਜ ਹੋ ਗਈ 7 ਤਰੀਕ। ਇਹ ਕਣਕ ਵਾਲੇ ਵਾਹਣ 'ਚ ਸੀ, ਹੁਣ ਆਪਾਂ ਦੂਜਾ ਢੋਲ ਭਰਿਆ ਗਾ, ਅਤੇ ਪਹਿਲਾਂ 3.5 ਕਿੱਲਿਆਂ 'ਤੇ ਪੈ ਗਿਆ ਸੀਗਾ ਢੋਲ। ਹੁਣ ਟਾਈਮ ਹੋ ਗਿਆ 7 ਵਜੇ ਦਾ, ਅਤੇ ਪਹਿਲਾਂ ਹਵਾ ਚੱਲਦੀ ਹੁੰਦੀ ਆ ਤਾਂ ਕਰਕੇ ਸਪਰੇਅ ਕਰਨ ਦਾ ਫਾਇਦਾ ਨਹੀਂ ਗਾ। ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੋਈ ਲਾਈਕ ਕਮੈਂਟ ਕਰਿਆ ਕਰੋ।
ਬਹੁਤ ਵਧੀਆ ਸਪਰੇਅ ਹੁੰਦੀ ਇਹਦੇ ਨਾਲ, ਅਤੇ ਦੋ ਤਿੰਨ ਸਪਰੇਆਂ ਇਹਦੇ ਨਾਲ ਹੋ ਜਾਂਦੇ ਦੋ ਕੁ, ਅਤੇ ਬਾਕੀ ਫਿਰ ਪੈਪ ਲਾ ਲਾਂਗੇ ਤਾਂ ਵੱਧ ਜਾਂਦੀ ਮੱਕੀ, ਫਿਰ ਟਾਂਡੇ ਟੁੱਟ ਜਾਂਦੇ ਆ ਜੀ। ਹੁਣ ਤਾਂ ਚੱਲ ਸੂਟ ਮੱਕੀ ਆ ਵਧੀਆ, ਗੱਲ ਹੋਰ ਤੁਹਾਨੂੰ ਦੱਸਦੇ ਹਾਂ ਬਈ, ਆਪਣਾ ਮੱਕੀ ਬੀਜੀ ਹੈਗੀ ਹੈ ਨਾ, ਚਿੜੀਆਂ ਚੁੜੀਆਂ ਮਾਰਨੀਆਂ, ਚਿੜੀਆਂ ਮਾਰਨੀਆਂ ਔਖੀਆਂ ਹੋ ਜਾਂਦੀਆਂ ਗੀਆਂ, ਪਾਸੇ ਪੂਸੇ ਮੱਥੇ ਨਹੀਂ ਚਾਰੇ ਜਾਂਦੇ ਹੁੰਦੇ ਜੇ ਵਾਹਣ ਨੂੰ, ਹੈ ਨਾ, ਅਤੇ ਆਪਾਂ ਸਾਈਡ 'ਤੇ ਨਾ ਬਸ ਘੇਰੇ ਦਾ ਗੇੜੇ ਸੜਤੇ ਸੀਗੇ, ਬੀਜੀ ਨਹੀਂ ਸੀ ਮੱਕੀ, ਅਤੇ ਇਹਦੇ ਨਾਲ ਵੀ ਚਿੜੀਆਂ ਨਹੀਂ ਆਪਾਂ ਨੂੰ ਲੋੜ ਮਾਰਨ ਦੀ, ਚੱਲ ਜਿਹੜੀਆਂ ਵਿੱਚ ਮਾਰਨੀਆਂ ਉਹ ਤਾਂ ਵੱਜਣਗੀਆਂ ਝੀਰੀਆਂ, ਅਤੇ ਇੱਕ ਇਹਦੇ ਨਾਲ ਲੇਬਰ ਦੀ ਬੱਚਤ ਹੋਊਗੀ। ਹਾਂ ਦੇਖ ਸਕਦੇ ਹਾਂ ਇੱਕ ਗੇੜਾ ਹੀ ਲਾਇਆ ਹੈਗਾ, ਅਤੇ ਇੱਧਰ ਆਪਾਂ ਥਾਂ ਛੱਡਤਾ, ਜੇ ਆਪਾਂ ਪੈਪ ਨਾ ਵੀ ਸਪਰੇਅ ਕਰਦੇ ਹਾਂ ਫਿਰ ਵੀ ਸੌਖਾ ਹੈਗਾ, ਕਿਉਂ ਟਰੈਕਟਰ ਖੜ੍ਹ ਜਾਂਦਾ ਪਾਣੀ 'ਚ ਆ ਜਾਂਦਾ, ਨਹੀਂ ਸੜਕ 'ਤੇ ਖੜਾਉਣਾ ਪਊ। ਅਤੇ ਹਾਂ ਦੇਖੋ ਇੱਕ ਗੇੜਾ ਲਾਇਆ ਸੀਗਾ ਧੁਰ ਦੀ ਧੁਰ, ਉੱਧਰ ਹੱਦ ਦੇ ਨਾਲ ਤਾਂ ਮਤਲਬ ਲਾਤਾ ਸੀਗਾ ਗੇੜਾ ਸਾਰੀ ਬੀਜੀ ਵਾ, ਉੱਧਰ ਆਪਾਂ ਸੜਕ ਦੇ ਨਾਲ ਵੀ ਐਂ ਛਡਾਤਾ ਸੀ, ਫਿਰ ਨਹੀਂ ਸੜਕ 'ਤੇ ਟਰੈਕਟਰ ਖੜਾਉਣਾ ਪੈਂਦਾ, ਅਤੇ ਹੁਣ ਬਾਹਣ 'ਚ ਹੀ ਖੜ ਜਾ ਕਰੋ ਟਰੈਕਟਰ, ਉਹ ਡਿੱਕਾ ਆ ਜਾਂਦਾ, ਡਿੱਕਾ ਪੈਂਦਾ ਹੈਗਾ ਫਿਰ, ਕਿਉਂ ਪੈਪ ਬਲੇਟ ਲੈਂਦਾ ਜੋ ਟਰੈਕਟਰ, ਫਿਰ ਖਿੱਚ ਤਾਂ ਟਰੈਕਟਰ ਹੀ ਲੈਂਦਾ ਗਾ, ਬਾਅਦ 'ਚ ਫਿਰ ਗਾਂਹ ਪਸਾਂ ਕਰਨਾ ਔਖਾ ਹੋ ਜਾਂਦਾ, ਤਾਂ ਚੜ੍ਹਨਾ ਕਰਨਾ ਬੰਦੇ ਨੂੰ। ਹਾਂ ਲੋਟ ਆ ਹਵਾ ਦਾ ਖੜ ਗਈ, ਨਵਾਈ ਤੁਰੀ ਜਾਂਦੀ ਆ ਮੱਕੀ ਦੀ। ਹਾਂਜੀ ਆਪਾਂ ਕੱਲ੍ਹ ਦੋ ਢੋਲ ਪਾਤੇ ਸੀਗੇ, 8 ਕਿੱਲੇ ਸੜਕ 'ਤੇ ਸੀਗੇ, ਅਤੇ ਦੋ ਢੋਲਾਂ ਦਾ ਕੰਮ ਹੋਰ ਰਹਿ ਗਿਆ।